माशाल्लाह गवर्नमेंट ग्रेजुएट कॉलेज मुजफ्फरगढ़ इन खुआर करे जो इनके पास पूछो ही ना होसम। बिस्मिल्लाह करा मेरे सोने सारे क्या हाल है सारे खैरियत में होसम मैं करूं दोस्तों लोग यूट्यूब चैनल के अंदर पाकिस्तान डाउन खाते वाला पत्थर में सब अंदर अंदर पेपर दे रहा है पेपर बेचारी की तो खबर कर भी बड़ी ज्यादा है बात वही नहीं सके मैं कहता हूं ब्लॉग स्टार्ट करा लेकिन पेपर दे रहा है पेपर दे रहा है पेपर दे रहा है वेलकम बैक प्यारे दोस्तों पहुंचे हैं भोपाल एक बारी कॉलेज माशाल्लाह गवर्नमेंट ग्रेजुएट कॉलेज मुजफ्फरगढ़ ये कॉलेज बड़ा ही खूबसूरत कॉलेज जिन्हें तो दिखा उसी लेकिन मेरा पेपर जरा आज कल इतना होंगे इन्हें बिल्कुल सामने इतने गर्मी बड़ी ही हुआ ठीक है ना गर्मी थके झल गर्म हवा पे बस ना कुछ हाल चलेंगे चलेंगे वाला तो वहाँ पहुँचे हैं तकरीबन 2:15 पेपर जो रहा था 15 मिनट पहुँच गया टाइम को पहले क्योंकि एक दफ़ा लेट पहुँचे हम लेट भी हो जाते बड़ा थे हम और इस वजह से टाइम को पहले पहुँच रहा इस जगह सर आजकल होने पेपर होने डल जगह थे पेपर देखिए बल मिलते हैं तो गर्मी बड़ी ਅੱਗੇ ਵੇ ਨਾ ਅੱਗੋਂ ਪਹਿਲੇ ਪਾਣੀ ਦਾ ਕੂਲਰ ਬਦਲਿਆ ਤਾਂ ਉਹਦੇ ਹਾਲੀ ਸ਼ਾਇਦ 15 ਮਿੰਟ ਪੈਣ ਤਾਂ ਕਰਕੇ ਕੋਈ ਸਿਸਟਮ ਕਿਹਾ ਵੀ ਬੱਚੇ ਜਿਹੜੇ ਨਾ ਮਤਲਬ ਸਟੂਡੈਂਟ ਬਾਲ ਤਾਂ ਨਾ ਉਹ ਹੈ ਉਹਦੇ ਦੂਰ ਤੋਂ ਤਰਾਏ ਬੈਠੇ ਹਨ ਰਸਤੇ 'ਚੋਂ ਠੰਡਾਈ ਵਗੈਰਾ ਵੀ ਪੀਤੀ ਹੈ ਬਾਲ ਵੀ ਠੰਡਾ ਪਾਣੀ ਸੀ ਗਰਮੀ ਬਹੁਤ ਜ਼ਿਆਦਾ ਹੈ ਜਦ ਕਿ ਪਾਣੀ ਗੁਲੇ ਜਾਏ ਕਿਤੇ ਕੋਈ ਪਾਣੀ ਛਾਣੀ ਪੀਏਗੀ ਨਾ ਕਿਉਂਕਿ ਪੇਪਰ ਜਲਦੀ ਟਾਈਮ ਪਏ ਥੋੜ੍ਹਾ ਥੋੜ੍ਹਾ ਜਾਂਦਾ ਤਾਂ ਟਾਈਮ ਕੋਲ ਪਹਿਲੇ ਪਹਿਲੇ ਵਾਪਸੀ ਪਹੁੰਚਾ ਸਨ ਪਾਣੀ ਵਗੈਰਾ ਕਿਤੇ ਸਪੀ ਪਾਣੀ ਜਗ੍ਹਾ ਵੱਖਰੇ ਰਹਿੰਦੀ ਤਾਂ ਕੋਈ ਗਾਈ ਕਹਿੰਦੇ ਤਾਂ ਹੁਣ ਪੇਪਰ ਪੂਰੇ 3 ਘੰਟੇ 3 ਘੰਟੇ ਦੇ ਬਾਅਦ ਬਸ ਤੁਹਾਨੂੰ ਮਿਲ ਸਕੇ ਇਨਸ਼ਾਅੱਲਾ ਟਾਈਮ ਥਿੰਦਾ ਬਾਬੇ 4:45 ਪੇਪਰ ਖਤਮ ਥਿੰਦਾ ਹੁੰਦਾ 5:30 ਪਹਿਲੇ ਕੰਪਲੀਟ ਕਰ ਗਏ ਜੈਸੇ ਹੁਣ ਨਿਕਲਦੇ ਪਏ ਵਾਲਾ ਆਪਣੇ ਘਰ ਤੋਂ ਅੱਗੇ ਝੁਲਦੇ ਵਾਲਾ ਜਾਂ ਆਪਣੇ ਕਜ਼ਨ ਨਾ ਉਹ ਵੇਲੇ 5 ਵਜੇ 15 ਮਿੰਟ ਪੈਣ ਉਹਨਾਂ ਨੇ ਕੋਈ ਕਾਲ ਮਾਰੇ ਅੱਜ ਵਾਲ ਉਹਨਾਂ ਨੇ ਇਕੱਠੇ ਹੋਏ ਸੋ ਇਲੈਕਟ੍ਰਿਕ ਬਾਈਕ 'ਤੇ ਕਿਉਂਕਿ ਜਲਦੀ ਪਹੁੰਚ ਸਕਣਾ 5 ਵਜੇ ਉਹਨਾਂ ਕੋਈ ਛੁੱਟੀ ਹੁੰਦੀ ਹੈ ਤਕਰੀਬਨ 6:15 ਤੱਕ ਪਹੁੰਚ ਗਏ ਸੋ ਕਿਉਂਕਿ ਰਸਤੇ 'ਚ ਧੁੱਪਾਂ ਸ਼ਾਮ ਕੋਈ ਆ ਵੇਂਦੇ ਤਾਂ ਵੱਲ ਸਕੂਲ ਨਾਲ ਪਹੁੰਚ ਗਏ ਸੋ ਇਹ ਅਗਰ ਵੈਸਾ ਮੈਂ ਲੋਕਲ ਕਨਵੈਂਸ ਹਾਈਐਸਟ ਵਗੈਰਾ ਦੇ ਉੱਤੇ ਤਾਂ ਉਹ ਮੈਂ ਪੁੱਛੇ ਸੀ ਸ਼ਾਮ ਦੇ 8:30 ਵਜੇ ਕਿਉਂਕਿ ਉਹਦੇ ਸਟਾਫ ਉਹਦੇ ਵੱਖਰੇ ਵੱਖਰੇ ਜਾ ਪਏ ਔਰ ਮੈਂ ਹਾਲੇ ਖੜਸਾਂ ਘੇੜ ਲਿਆ ਆ ਸੀ ਮੈਂ ਕੁਛ ਐਸੀ ਵਾਲੋ ਜਗ੍ਹਾ ਜਗ੍ਹਾ ਤੋਂ ਰੁਕ ਸੀ ਪਹਿਲਵਾਨ ਤੇ ਘਰ ਮੈਂ ਪਹੁੰਚ ਜਾਂਦਾ ਕੋਈ ਬੋਲਣਾ ਕੋਈ ਚੰਗਾ ਇਲੈਕਟ੍ਰਿਕ ਬਾਈਕ ਜ਼ਿੰਦਾਬਾਦ ਵੀ ਗੱਲ ਤੁਹਾਨੂੰ ਕਰਨੀ ਸ਼ੇਅਰ ਅਗਰ ਤੁਸਾਂ ਮੁਜ਼ੱਫਰਗੜ੍ਹ ਤੋਂ ਸ਼ਾਜਮਾਲ ਸ਼ਾਜਮਾਲ ਤੋਂ ਮੁਜ਼ੱਫਰਗੜ੍ਹ ਆਉਂਦੇ ਵੇਖੇ ਤਾਂ ਕਦਾ ਵੀ ਹਾਈਐਸਟ ਵਗੈਰਾ ਤਾਂ ਨਾ ਪਾਓ ਪੋਸਟਰ ਤੋਂ ਪਾਓ 1 ਘੰਟੇ ਪੁੱਛੇ ਸੀ ਹਾਈਐਸਟ ਆਫ ਪੁੱਛੇ 2 ਘੰਟੇ 'ਚ ਤਾਂ ਆਪਣਾ ਢੇਰ ਖੁਆਰੀ ਕਰ ਦਿੰਦੀ ਹੈ ਇਹ ਗੱਲ ਕਿਉਂਕਿ ਮੈਂ ਤੰਗ ਖਿੱਚ ਕੇ ਇਹਨਾਂ ਤੋਂ ਇਹ ਗੱਲ ਤੁਹਾਨੂੰ ਵੱਲ ਵੱਲ ਪਿਆ ਦੱਸੇ ਦਾ ਪਹੁੰਚ ਆਏ ਆਪਣੇ ਕਦਮ ਦੇ ਆਫਿਸ ਕਿ ਤਾਂ ਕਿਹੜੇ ਤੋਂ ਤੱਕ ਜਾ ਰਹੇ ਤਾਂ ਸੋਚੇ ਪੁਰਾ ਨੂੰ ਕੰਮ ਪੈ ਗਿਆ ਕਿ ਜੇ ਤਾਂ ਪੁੱਛੇ ਤਾਂ ਸਹੀ ਸਵਾਲ ਨਿਕਲਦੇ ਹੈ ਤਾਂ ਆਪਣੇ ਕਾਰਾਂ ਦੇ ਸਾਈਡ ਵਾਰੀ ਵੱਲ ਵੈਲਕਮ ਬੈਕ ਕਿਉਂਕਿ ਟਾਈਮ ਥੀ ਗਿਆ 8 ਦਾ ਮੈਂ ਜਲਦੀ ਦੇ ਚੱਕਰ ਨਾ ਇਹ ਤਾਂ ਨਾ ਲੇਟ ਪਹੁੰਚਿਆ ਜੋ ਟਾਈਮ ਥੀ ਗਿਆ 8 ਵਲੌਗ ਕ੍ਰੀਏਟ ਕਰਨਾ ਹਾਲ ਗੱਲ ਕਰਨੀ ਲੇਕਿਨ ਸਿਚੁਏਸ਼ਨ ਤੁਹਾਡੇ ਸਾਹਮਣੇ ਜੇ ਤਾਂ ਇਕੱਠੇ ਉਹਨਾਂ ਪੈ ਕੇ ਕੰਮ 2-4 ਕੰਮ ਕਰਾਈਆਂ ਕਰਾਈਆਂ ਤਾਂ ਹੁਣ 5 ਮਿੰਟ ਰਹਿੰਦੇ ਪੈਣਗੇ 8 'ਚ ਜਸਟ ਅੱਜ ਇਹ ਦਿਖਾਵਾਂ ਲਾਈਵ
ਵੈਲਕਮ ਬੈਕ। ਸ਼ਕਲ ਦੇਖਦੇ ਪਏ ਹੋ ਤੁਸੀਂ, ਬਾਈਕ ਤੇ ਆ ਰਹੇ ਹੋ ਦੌਲਤ ਸ਼ਾਮ, 1 ਘੰਟੇ ਬਹੁਤ ਸਾਰਾ, ਲੇਕਿਨ ਬੜਾ ਲੇਟ ਪਹੁੰਚੇ ਹਾਂ ਬਾਹਰ। ਲਾਈਟ ਬਿਲਕੁਲ ਕਹਿ, ਮਤਲਬ ਸ਼ਾਮ ਥੀ ਗਈ ਹੈ। ਸ਼ਾਮ ਕਿਆ ਥੀ ਗਈ ਹੈ, 8:05 ਤਾਂ ਹੁਣ ਆ ਕੇ ਜਾਣਾ ਮੈਂ ਪਹੁੰਚਿਆ, ਤਾਂ ਬਾਅਦ ਮੈਂ ਆ ਕੇ ਚੱਲ ਤੂੰ ਆਪਣੇ ਸਾਹਮਣੇ ਚੱਲ ਰਹੀ ਹੈ ਜੇ ਇਹ ਥੀ ਗਈ ਮਤਲਬ ਕਿਆ। ਸਾਈਕਲ ਤੋਂ ਬਦਲ ਕੇ ਅਸੀਂ ਹੁਣ ਪੜਸਾ ਨਮਾਜ਼, ਜੇ ਤੁਸੀਂ ਨਮਾਜ਼ ਟਾਈਮ ਜਿਹੜੇ ਵੀਡੀਓ ਕਰੋ ਜਲਦੀ ਜਲਦੀ ਪੋਜ਼ ਪਹਿਲੇ ਪੜ ਗਏ ਨਮਾਜ਼ ਬਲ ਵੇਟਰ ਲਿਖਾ ਹੈ ਮਿਲਦੇ ਹੋਰਾ ਨਮਾਜ਼ ਦੇ ਬਾਅਦ ਦਫਾ ਵੱਲ। ਵੈਲਕਮ ਬੈਕ, ਠੀਕ ਹੈ ਤਿਆਰ ਵੱਲ ਵੇਲੇ ਪਏ ਹੁਣ ਆਪਣੇ ਆਫਿਸ, ਕਿਉਂਕਿ ਡਿਊਟੀ ਲਾਜ਼ਮੀ ਜ਼ਿੰਦਗੀ ਹੈ ਕੁਝ ਕੰਡਕਟਰ ਦੇ ਤਰ੍ਹਾਂ ਰੋਜ਼ ਦਾ ਸਫ਼ਰ ਹੈ। ਔਰ ਵਧਣਾ ਵੀ ਕਿਹਾ ਹੈ ਜਿਹੜੇ ਜਵਾਨ ਨਾਲ ਮੈਂ ਵੇਲਾ ਪਿਆ ਉਹ ਘਾਲੀਏ 5 ਮਿੰਟ ਦੇਰ ਤੇ, ਮੈਂ ਕਿਹਾ ਚੱਲੋ ਮੈਂ ਜਿਹੜਾ ਹੈ ਘਰ ਦਾ ਕੰਮ ਮਿਸ ਹੋਇਆ ਪਿਆ, ਮੈਂ ਉਹ ਜਲਦੀ ਜਲਦੀ ਕਰਕੇ ਨਾ ਕੰਪਲੀਟ ਤਾਂ ਵਾਲਾ ਮੈਂ ਨਿਕਲਦਾ, ਕਿਉਂਕਿ ਜ਼ਿੰਦਗੀ ਸਾਡੀ ਇਵੇਂ ਨਾ ਸ਼ੁਗਲ ਤਾਂ ਮੇਲੇ ਨਾਲ ਕਈ ਵਾਰ ਸੱਕੀ ਮੈਂ ਤਾਂ ਕਿਵੇਂ ਹੋਣੇ ਕਿ ਮਤਲਬ ਕਿੱਥੋਂ ਤਾਂ ਕਿਵੇਂ ਕਿੱਥੋਂ ਹੋਣੇ। ਹਾਂਜੀ ਤੁਸੀਂ ਠੀਕ ਵਜੇ ਠੀਕ ਹੀ ਹੋ ਸਰ, ਤਿਆਰ ਵੱਲ ਹੈ ਤਾਂ ਹੋਵੇ ਦੱਸਿਆ ਇਲੈਕਟ੍ਰਿਕ ਬਾਈਕ ਜ਼ਿੰਦਾ ਵਾ, ਜਲਦੀ ਜਲਦੀ ਪਹੁੰਚਵੇ ਨਹੀਂ ਤਾਂ, ਕਿਉਂਕਿ ਹਾਈਐਸਟ ਲੋਕਲ ਸਰਵਿਸ ਜਿਹੜੇ ਨੇ ਇਹ ਕਰੇ ਖੁਆ ਇੰਝ ਖੁਆਰ ਕਰੇ ਜਾਂਦੇ, ਬਸ ਪੁੱਛੋ ਹੀ ਨਾ ਚੱਲ ਪੋਵੇ। ਬਾਪੂ ਸੂਰਜ ਦੀ ਰੋਸ਼ਨੀ ਲਗਾ ਕੇ ਨਾ ਗੱਡੀ ਜਿਹੜੀ ਸਟਾਰਟ ਪ੍ਰੋਸੈਸ ਹੈਗੇ ਨਾ ਕਮਾਲ ਔਸਮ, ਜਿਵੇਂ ਕਿ ਅੱਜ ਕੱਲ੍ਹ ਦੇ ਨਵੀਆਂ ਨਵੀਆਂ ਗੱਡੀਆਂ ਆਏ ਵਜਨ ਨਾ, ਜਿਵੇਂ ਕਿ ਸ਼ਾਇਦ ਤੁਹਾਡੀ ਡਿੱਠੀ ਹੋਵੇ ਕੀਆ ਸਟੋਨਿਕ, ਪਕਵਾਨ ਕਰੋ ਨਾ ਕਿਆ ਕਮਾਲ ਲੁੱਕ ਦਿੰਦੀ ਹੈ, ਇਹ ਵੀ ਉਵੇਂ ਹੈ ਬਿਲਕੁਲ ਔਸਮ। ਚੈੱਕ ਕਰਾਇਆ ਜ਼ਰਾ, ਬਿਸਮਿਲ੍ਲਾਹ ਔਸਮ, ਕਿਆ ਬਾਤ ਹੈ। ਇਵੇਂ ਫੀਲ ਥੀ ਜਿਵੇਂ ਬੰਦਾ ਗੱਡੀ ਕੋ ਸਟਾਰਟ ਪਿਆ ਕਰਦਾ, ਉਹ ਸਲਾਹ ਹੁੰਦਾ ਤਾਂ ਉਹਦੀ ਹਰ ਇੱਕ ਸ਼ਾਇਦ ਨਾ ਉਹਦੀ ਸਲੋ ਚੱਲਦੀ ਹੈ ਯਕਦਮ ਚੱਲਦੇ ਦਾ। ਪਹੁੰਚ ਗਏ ਇੱਕ ਦਫਾ ਵੱਲ ਆਪਣੀ ਸਾਈਡ ਦੇ ਉੱਤੇ। ਵੈਲਕਮ ਬੈਕ ਪਿਆਰੇ ਦੋਸਤੋ, ਪਹੁੰਚੇ ਆਪਣੀ ਰੈਜੀਡੈਂਸ ਤੇ। ਗਰਮੀ ਇਤਨਾ ਹਾ, ਮਤਲਬ ਗਰਮੀ ਹੋਵੇ ਅਗਰ ਨਾ ਹੋਵੇ, ਇੱਕ ਦਫਾ ਗਲਤੀ ਨਾਲ ਏਸੀ ਤਾਂ ਮੈਂ ਹੋ ਜਾਂਦਾ ਘੰਟਾ ਦੂ ਚਾਰ, ਤੇ ਵੱਲ ਬਾਹਰ ਵੈਸੇ ਬੰਦਾ ਨਿਕਲ ਨਹੀਂ ਸਕਦਾ, ਮੈਂ ਟਰਾਈ ਤਾਂ ਬੜੀ ਕੀਤੀ ਨਿਕਲਾਂ ਬਾਹਰ ਨਿਕਲਾਂ, ਲੇਕਿਨ ਮਜ਼ਾ ਲੈ ਮੈਂ ਨਿਕਲ ਦਿੱਤਾ ਹੁਣ, ਲੇਕਿਨ ਕਮਾਲ ਦੀ ਗੱਲ ਰੈਜੀਡੈਂਸ ਤੇ ਪਹੁੰਚਿਆ। ਕਲਰ ਕਲਰ ਮਾਹੌਲ ਕਿਆ ਬਾਤ ਹੈ, ਪੂਰਾ ਗੇਟ ਕਹਿੰਦੇ ਜਿਵੇਂ ਨਵੇਂ ਲੱਗ ਗਏ ਹੋਵੇ, ਔਸਮ ਕਿਸਮ ਦਾ ਮਾਹੌਲ ਬਣਾ ਦਿੱਤਾ ਮੈਂ। ਗਰਮੀ ਦੀ ਵਜ੍ਹਾ ਤੋਂ ਅੱਜ ਨਾਲ ਬਾਹਰ ਨਹੀਂ ਨਿਕਲ ਸਕਿਆ, ਮੈਂ ਕੋਸ਼ਿਸ਼ ਕਰਦਾ ਰਹਿ ਗਿਆ, ਲੇਕਿਨ ਥੋੜ੍ਹੀ ਜ਼ਿਆਦਾ ਹੀ ਗਰਮੀ ਆਈ, ਅੱਜ ਕੱਲ੍ਹ ਤਾਂ ਕੁੱਤੇ ਹੀ ਛਾਂ ਦੇ ਪਏ ਹਨ ਸਾਡੇ ਉੱਥੇ ਔਫਿਸ ਦੇ ਨਾ ਸਾਹਮਣੇ, ਮਤਲਬ ਅੱਜ ਕੁਝ ਜ਼ਿਆਦਾ ਹੀ ਗਰਮੀ ਆਈ ਸ਼ਾਇਦ, ਮੈਂ ਕੋਈ ਫੀਲ ਕੀਆ ਉਸ ਮੁਲਤਾਨ ਦੇ ਸ਼ਹਿਰ ਤਾਂ ਵੈਸੇ ਹੀ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਹਾਂ ਸਾਹਿਬ ਠੀਕ ਵਧੇ ਮਜ਼ੇ ਲਈ ਫਿਰ ਜਲਦੀ ਜਲਦੀ ਸਰਚ ਕਰੋ ਦੁਬਾਰਾ, ਸਬਸਕ੍ਰਾਈਬ ਲਾਈਕ ਥੋੜ੍ਹਾ ਥੋੜ੍ਹਾ ਕਰੋ ਕਮੈਂਟ, ਕਿਉਂਕਿ ਮਿਹਨਤ ਕਰਨੇ ਹੱਥ ਤੋਂ। ਇਹ ਜਵਾਨ ਦਿੰਦਾ ਬਾਦ ਹਾਲੀ ਹੈ ਪਿਆ, ਉਹ ਦੇਖ ਕੇ ਸ਼ਾਕਿਰ ਅੱਖੇ ਰਾਜ਼ੀ ਨਹੀਂ, ਲੋਕ ਆਦੇ ਨੂੰ ਤੇਰਾ ਯਾਰ ਆ ਗਿਆ, ਦੇਖ ਕੇ ਸ਼ਾਕਿਰ ਆਦੇ ਨਹੀਂ, ਉਹ ਦੇਖ ਕੇ ਸ਼ਾਕਿਰ ਰਾਜ਼ੀ ਨਹੀਂ, ਲੋਕ ਆਦੇ ਨੂੰ ਤੇਰਾ ਯਾਰ ਆ ਗਿਆ। ਆਹਾ ਦੇਖ ਕੇ ਧਰਨ ਵਾਲੀ ਵੀ ਗਾ ਰਹੀ ਯਾਰ, ਤੇਰੇ ਦੀ ਵੱਲ ਦਾੜੀ ਵੱਡੀ ਥਈ ਉਹਦੀ, ਦਾੜੀ ਵੱਲ ਬਣਵਾ ਢੋਲਣ ਇਹ ਵਾਲਾ ਜਹਣਾ
28 ਕੋ ਬਣਾਇਆ ਸੀ ਤੇ 29 ਕੋ ਜਾਣਾ ਆਪਾਂ ਜੀ ਗੱਲ ਇਹ ਦਾੜੀ ਸੁੰਨਾ ਤੇ ਕਟਾ ਨਾ ਸੋਹਣੀ ਸੋਹਣੀ ਹੋਣੀ ਚਾਹੀਦੀ ਹੈ ਓ ਯਾਰ ਸੁੰਨਾ ਤੇ ਹੁਣ ਮੈਂ ਇੱਥੇ ਆਈ ਤੱਕ ਕਦੀ ਕਟਾਈ ਦਾੜੀ ਚੰਗਾ ਕਰੇ ਨਹੀਂ ਬਸ ਉੱਥੇ ਚਲੋ ਮੁਫਤ ਸਵਾਬ ਮਿਲਦੇ ਹੋਵੇ ਪਹਿਲਾਂ ਬਕਾਇਆ ਇਹ ਕਿ ਜਾਣਾ ਸੁੰਨਾ ਤੇ ਹਾਂ ਜ਼ਿਆਦਾ ਹੀ ਵੱਡੀ ਨਾ ਥੀ ਜੇ ਰੱਬ ਨਾਲ ਨਹੀਂ ਰੱਖਦਾ ਵੀ ਹੈ ਚਲੋ ਚਲੋ ਸਮੌਲੀ ਕਹਿੰਦੇ ਆ ਵਾ ਮਲਾ ਕੌੜੀ ਜਾਂਦੇ ਜਾਂ ਤੂੰ ਵਿਲਾ ਕਰ ਦੇ ਜਾਂ ਸਭ ਤਵਲੀ ਸ਼ੁਰੂ ਕਰ ਦੇ ਕਿਹੜੀ ਸ਼ਾਇਦ ਜਾਣ ਪਾ ਦੇ ਹਾਂ ਆਵਾਮ ਤੱਕ ਪਤਾ ਫਿਰ ਇਹ ਤਾਂ ਵੈਸੇ ਜਾਣ ਛੁੱਟੀ ਵੈਂਦੇ ਪਿਆ ਹਸ ਤੇ ਹਾਂ ਇਹ ਗੱਲ ਤਾਂ ਠੀਕ ਹੈ ਇਹ ਦਸਾਇ ਰੰਗ ਕਿਵੇਂ ਕਰਵਾ ਕੇ ਦੇ ਕਮਾਲ ਰੰਗ ਉਸਤਾ ਜੀ ਦੇਖ ਗਏ ਹੁਣ ਕਿਵੇਂ ਚਮਕਦਾ ਵੀ ਗੱਲ ਕੋਈ ਨਹੀਂ ਵਾਹ ਹੁਣ ਕਿ ਜੇ ਹੁਣ ਬਈ ਕੋਠੀ ਤੇ ਆ ਗਏ ਮੈਂ ਕਿਹਾ ਤੇ ਗੇਟ ਨਵੇਂ ਲਵਾ ਖੜਾ ਇਹ ਲਾਲ ਮੇ ਕੋਈ ਆ ਰਹੀ ਹੈ ਰੰਗ ਕਾਇਮ ਤੇ ਰੰਗ ਤੇ ਚੈੱਕ ਕਰਾਵਾਂ ਕਿ ਜਾਣਾ ਰੰਗ ਤੇ ਤੇ ਔਸਮ ਕਰੇ ਇਹ ਵੀ ਗੱਲ ਕੋਈ ਨਹੀਂ ਵਾਹ ਸ਼ਾਈਨਿੰਗ ਤੋਂ ਲੈ ਕੇ ਵੀ ਬਿਲਕੁਲ ਚਮਕਦਾ ਔਸਮ ਬਿਲਕੁਲ ਸ਼ਾਈਨ ਦੇਦਾ ਪਿਆ ਇਹ ਇਤਾਂ ਲਗੇ ਜਿਹੜੇ ਉਹ ਯਹਾਂ ਬਿਲਕੁਲ ਖਤਮ ਠੀਕ ਕਮਾਲ ਬੰਦਾ ਅੱਛਾ ਅਸਲ ਗੱਲ ਇਹ ਅਸਲ ਛੋੜਨ ਵਾਲੇ ਨਾ ਇੱਕ ਤਾਂ ਇਹ ਪੂਰੀ ਕੋਠੀ ਵੀ ਜਾਣਾ ਨਾ ਬਿਲਕੁਲ ਕਲੀਨ ਤੇ ਜਿਵੇਂ ਹਾਈ ਉਹ ਕਰਕੇ ਲੇਵੜੀ ਨਾ ਕਲਰ ਮੰਗਦੀ ਖੜੀ ਹੈ ਕਲਰ ਕਰਵੇ ਸਦੀ ਕੋਈ ਕੋਈ ਨਾ ਉਹ ਤਾਂ ਮਾਲਕ ਆਪ ਕਰਵੇ ਸੀ ਉਹ ਮਾਲਕ ਹੀ ਕਰੇ ਹਰ ਮਾਇ ਹਾਂ ਸਦੀ ਕਰਵੇ ਨੇ ਗੱਲ ਇਹ ਤੂੰ ਆਖੇ ਤੇਰੀ ਯਾਰੀ ਸਜਣ ਦਾਰ ਦੌਲਤ ਦੀ ਤੂੰ ਤਾਂ ਮਤਲਬ ਤੇ ਹਾਂ ਮੈਂ دیਵਾਨਾ ਸਾਡਾ ਹਾਂ ਇਹ ਸ਼ੇਰ ਸੁਣਾ ਮਤਲਬ ਜਦਾਂ ਤੂੰ ਤਾਂ ਆਂਦਾ ਹਾਂਵੇਂ ਹਾਲ ਪੁੱਛਦਾ ਹਾਂਵੇਂ ਆ ਰੋਜ਼ਾਨਾ ਸਾਡਾ ਇਹ ਤੂੰ ਹਾਂਵੇਂ ਤਾਂ ਹਰ ਕਹਿੰਦੇ ਹਾਸੇ ਅੱਛਾ ਇਹ ਦੁਨੀਆ ਸਾਡੀ ਹਾ ਜ਼ਮਾਨਾ ਸਾਡਾ ਇਹਦੇ ਨਿਕਲਣ ਤੇ ਬਾਤ ਹੋਣੀ ਨਹੀਂ ਨਿਭਦੀ ਇਹ ਤਾਂ ਨੇ ਦੇਂਦਾ ਹੈ ਆਪਣਾ ਪਿਗਾਨਾ ਸਾਡਾ ਕੀ ਗੱਲ ਤੂੰ ਸੱਟ ਕੇ ਦੁੱਖੇ ਦੇ ਵਿੱਚ ਮੇਰੇ ਕੋ ਸੋਹਣਾ ਸਜਾ ਦੇਖ ਕੇ ਗੁਰਬਤ ਮੈਂ ਢੇਰੋ ਕੋ ਵਟਾ ਹੋਏ ਨਾ ਜੀਵੇ ਠੀਕ ਹੈ ਇਮਰਾਨ ਸਾਹਿਬ ਮੈਂ ਖਰ ਪਰ ਇਮਰਾਨ ਨਹੀਂ ਮੈਂ ਆ ਅੱਛਾ ਅੱਛਾ ਹਾਂ ਭਈ ਨਵੀਂ ਸਾਹਿਬ ਨਵੀਂ ਸਾਹਿਬ ਸੱਟ ਕੇ ਦੁੱਖੇ ਦੇ ਵਿੱਚ ਮੇਰੇ ਕੋ ਸੋਹਣਾ ਸਜਾ ਜੀਵੇ ਦੇਖ ਕੇ ਗੁਰਬਤ ਮੈਂ ਢੇਰੋ ਕੋ ਵਟਾ ਹੋਏ ਨਾ ਆਹਾ ਹੁਣ ਤੂੰ ਉਹਦਾ ਨਾਮ ਖੀਨ ਸੇ ਤਾਂ ਮਤਲਬ ਸ਼ੇਰ ਸਾਜੀ ਇਹ ਗੱਲ ਗਲਤ ਹੈ ਚਲੋ ਨਾ ਸ਼ੇਰ ਬੜਾ ਪਾਉਂਦੇ ਵਲ ਵਲ ਸੁਣਦਾ ਰਹਿੰਦਾ ਮੈਂ ਤਾਂ ਮੇਰੇ ਯਾਦ ਥੇ ਇਹ ਕਿ ਜਿਹੜਾ ਅਗਲਾ ਬੰਦਾ ਨਫ਼ਰਤ ਕਰੇਗਾ ਮਤਲਬ ਚਲੋ ਕੋਈ ਗੱਲ ਦੁਨੀਆ ਮਤਲਬ ਜੇ ਮਤਲਬ ਚਲਦੇ ਆ ਗੱਲ ਸਾਰੀ ਮੋਗੀ ਠੋਲਣ ਮੈਂ ਆਪਣਾ ਜਿਹੜਾ ਗਰਾਸੀ ਪਾਸ ਬਣਾ ਲਿਆ ਮਾਹੌਲ ਦਾ ਹੁਣ ਜਿਵੇਂ ਜ਼ਮੀਨ ਚੰਗੀ ਕਹਿੰਦਾ ਲੈਵਲ ਪਾਣੀ ਬਿਲਕੁਲ
ਕੱਲ ਕਿਉਂਕਿ ਮੈਂ ਮੇਰੇ ਲਾਹੌਰ ਲਾਹੌਰ ਦਾ ਮਿਲਾਂ ਤੋਂ ਪਤਾ ਲਾਹੌਰ ਤੋਂ ਵਾਹ ਵਾਹ ਲਾਹੌਰ ਦੀ ਗੱਲ ਹੀ ਵੱਖਰੀ ਹੈ ਨਾ ਮੈਂ ਕੋ ਮਿਸ ਕਰੀ ਕਿਉਂਕਿ ਮੈਂ ਕਹਿਣਾ ਨਾ ਮੈਂ ਵਲੌਗ ਤੇਰੇ ਕੋਲ ਸਟਾਰਟ ਕਰੇ ਸਾਂ ਠੀਕ ਹੈ ਵਾਲ 1995 ਦੀ ਗੱਲ ਹੈ ਕਿੱਦਣ ਵਲ ਸਾਂ ਠੀਕ ਹੈ ਵਾਲ ਉਹੀ ਐਂਡ ਕਿਤੇ ਸਾਂ ਗਿਆ ਵਾਲ ਉਹੀ ਐਂਡ ਕਿਤੇ ਇੰਟਰਸਟਿਡ ਬਣਾ ਲਈ ਕੋਸ਼ਿਸ਼ ਕਰੇ ਸਾਂ ਉਹ ਪਾਕਿਸਤਾਨ ਵੈਸੇ ਮਿਲਾ ਪਾਕਿਸਤਾਨ ਹਾਂ ਦੇਖ ਸੁਣਾਗਾ ਟਾਈਮ ਮਿਲਾ ਦਾ ਹਿਸਾਬ ਕਿਤਾ ਤੁਹਾਨੂੰ ਦੇਖ ਗਏ ਹਾਂ ਇਹ ਮਿਲਾ ਪਾਕਿਸਤਾਨ ਹੈ ਉੱਥੇ ਨਾਲ ਲਿਖਾਇਆ ਤਲੇ ਕੀ ਹੈ ਬਸ ਕੀ ਗਏ ਰਹੇ ਕੱਲ ਵੈਸਾ ਮਤਲਬ ਕੋਸ਼ਿਸ਼ ਕਰੇ ਸਾਂ ਇੰਟਰਸਟਿਡ ਵਲੌਗ ਬਣਾਵਾਂ ਜਿਵੇਂ ਕਿ ਮਾਹੌਲ ਹੁੰਦੇ ਜ਼ਰੂਰ ਦਿਖਾਏ ਦੇਹਨ ਕਹਿਣਾ ਮੈਂ ਦੇਖਦੇ ਹਾਂ ਜੀ ਮੈਂ ਤਾਂ ਵਾਲਾ ਕਹੀਂ ਯੂਟਿਊਬ ਕੋ ਆਖ ਰਿਹਾ ਹਾਂ ਇਨਾ ਨਾ ਇਹ ਦੇ ਜਨੂ ਵਲੌਗ ਦੇ ਜਨ ਤੱਕ ਕੰਮ ਚੱਲ ਠਾ ਕਰੋ ਯਾਰ ਇਹ ਕੀ ਮਤਲਬ ਗਰਮੀ ਤੱਕ ਪਈ ਦੇ ਯਾਰ ਪਸੀਨਾ ਆ ਗਏ ਸਾਦਨ ਘਾਤ ਟੁਰੋ ਨਾ ਇਹ એનર્ਜੀ ਤੱਲੋ ਪਕੜੇ ਮੈਂ ਤੇ ਐ ਉਹ ਸਵੇਰ ਸਵੇਰ ਦੀ ਗੱਲ ਹੈ ਵੀ ਟੁਰੇ ਕਰੋ ਭਈ ਅੱਖਾਂ ਠੀਕ ਸੀ ਜਨ ਤੇ ਹਾਲ ਗੱਲ ਸਾਰੀ ਓਕੇ ਥੀ ਨਹੀਂ ਮੈਂ ਵਾਲਾ ਹੋਂ ਸ਼ੁਰੂ ਕੀਤੀ ਹੋਰ ਯਾਦ ਆ ਗਈ ਸ਼ਾਮ ਦੇ ਟਾਈਮ ਚੱਲ ਅੱਜ ਦਾ ਵਲੌਗ ਸਹੀ ਬੰਦ ਚੱਕ ਰਹੇ ਨੇ ਕਿਉਂਕਿ ਕੱਲ੍ਹ ਕੋਸ਼ਿਸ਼ ਕਰ ਸਕਦਾ ਇੰਟਰਸਟਿਡ ਵਲੌਗ ਬਣਾ ਮੈਂ ਤਿਆਰੀ ਕਰ ਲਈ ਕਾਫੀ ਸਾਰੀ ਕੱਪੜੇ ਇਸਤਰੀ ਅੱਲਾ ਹਾਫਿਜ਼ ਕੱਪੜੋਂ ਮੈਂ ਯਾਦ ਰੱਖਣਾ ਕੱਪੜੇ ਤਿਆਰੀ ਕਰ ਲਈ ਕੱਪੜੇ ਇਸਤਰੀ ਵਗੈਰਾ ਵਗੈਰਾ ਬੈਗ ਸ਼ੈਗ ਬਣਾ ਉਹਨਾਂ ਤੋਂ ਮਿਲਦੇ ਹਾਂ ਇਨਸ਼ਾਅੱਲਾ ਕੱਲ ਨਵੇਂ ਵਲੌਗ ਨਾਲ ਤਦ ਤੱਕ ਕਿਰੇ ਸਾਖ ਰਹੋ ਅੱਲਾ ਹਾਫਿਜ਼ ਅੱਲਾ ਇਜਾਜ਼ਤ ਮਿਲਦੇ ਵਾਲੇ ਇਨਸ਼ਾਅੱਲਾ ਨਵੇਂ ਵਲੌਗ ਨਾਲ ਤਦ ਤੱਕ ਕਿਰੇ ਅੱਲਾ ਹਾਫਿਜ਼।